ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਤਰਨ ਤਾਰਨ ਦੀ ਸਥਾਨਕ ਮਾਸਟਰ ਕਲੋਨੀ ਵਿਖੇ ਕਿਰਾਏ ਦੀਆਂ ਦੁਕਾਨਾਂ ਦੇ ਖਾਲੀ ਕਰਵਾਉਣ ਤੇ ਦੋ ਧਿਰਾਂ ਵਿੱਚ ਖੂਨੀ ਝੜਪ ਹੋਈ ਅਤੇ ਇੱਕ ਵਿਅਕਤੀ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਦੁਕਾਨਦਾਰ ਨੇ ਦੱਸਿਆ ਕਿ ਉਹ ਪਿਛਲੇ 12 ਸਾਲਾਂ ਤੋਂ ਕਿਰਾਏ ਤੇ ਮਾਸਟਰ ਕਲੋਨੀ ਵਿਖੇ ਵੈਲਡਿੰਗ ਦੀ ਦੁਕਾਨ ਚਲਾ ਰਿਹਾ ਹੈ ਅਤੇ ਉਸਦਾ ਅਦਾਲਤ ਵਿੱਚ ਕੇਸ ਵੀ ਚੱਲਦਾ ਸੀ ਜੋ ਕਿ ਮਾਨਯੋਗ ਅਦਾਲਤ ਨੇ ਉਸਦੇ ਹੱਕ ਵਿੱਚ ਕਰ ਦਿੱਤਾ ਹੈ। ਉਸਨੇ ਦੱਸਿਆ ਕਿ ਬੀਤੇ ਦਿਨ ਉਸਦਾ ਲੜਕਾ ਦੁਕਾਨ ਤੇ ਇਕੱਲਾ ਮੌਜੂਦ ਸੀ ਤਾਂ ਗੁਰਪ੍ਰੀਤ ਸਿੰਘ ਰਿਟਾਇਰ ਪੁਲਿਸ ਮੁਲਾਜ਼ਮ ਉਸਦੀ ਦੁਕਾਨ ਤੇ ਆਇਆ ਅਤੇ ਉਸਦੇ ਬੇਟੇ ਨੂੰ ਦੁਕਾਨ ਖਾਲੀ ਕਰਨ ਲਈ ਕਹਿਣ ਲੱਗ ਪਿਆ ਅਤੇ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਿਆ। ਜਦ ਉਸ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਗਿਆ ਤਾਂ ਗੁਰਦੀਪ ਸਿੰਘ ਅਤੇ ਉਸਦੇ ਲੜਕੇ ਨੇ ਉਸਦੇ ਬੇਟੇ ਦੀ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਭੱਜ ਗਏ। ਉਹਨਾਂ ਦੱਸਿਆ ਕਿ ਇਸ ਸੰਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ ਪਰ ਪੁਲਿਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਪੀੜਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ। ਜਸਵੀਰ ਸਿੰਘ, ਕੀ ਗੱਲ ਪਤਾ, ਕੀ ਝਗੜਾ ਹੈ ਤੁਹਾਡਾ? ਸਰ, ਕੱਲ੍ਹ ਮੈਂ ਇਸ ਦੁਕਾਨ 'ਤੇ ਆਪਣੇ ਕੰਮ ਕਰਦਾ ਪਿਆ, ਇਹ ਲੈੜੀ ਗਏ ਕਿਤੇ ਕੰਮ ਬਾਹਰ, ਗੁਰਦੀਪ ਸਿੰਘ ਅਤੇ ਉਹਦਾ ਲੜਕਾ ਆਇਆ ਮਾਸਟਰ ਬੱਬੂ, ਅਤੇ ਆ ਕੇ ਮੈਨੂੰ ਧਮਕਿਆ ਦੇਣ ਲੱਗ ਪਏ ਬਾਹਰ, ਉਹ ਕਹਿੰਦੇ ਤਾਲੇ ਮਾਰਨੇ ਅਸੀਂ ਦੁਕਾਨਾਂ ਨੂੰ ਬਾਹਰ, ਸ਼ਟਰ ਸੁੱਟਣ ਲੱਗ ਪਏ। ਜਦੋਂ ਮੈਂ ਕਿਹਾ ਵੀ ਦੁਕਾਨ ਦਾ ਮੈਂ ਹੈ ਨਹੀਂ ਡੈਡੀ, ਦੁਕਾਨ 'ਤੇ ਬਾਅਦ 'ਚ ਆ ਕੇ ਗੱਲ ਕਰ ਲਿਓ, ਅੱਗੋਂ ਬਰਛੇ ਲੈ ਕੇ ਮੈਨੂੰ ਪੈ ਗਏ, ਮਾਰਿਆ ਮੈਨੂੰ ਇੱਥੇ, ਆਖੋ ਇੱਥੇ ਬਰਛਾ ਮਾਰਿਆ, ਇੱਕ ਲੱਤ 'ਤੇ ਵੱਜਾ, ਲੱਕ 'ਤੇ ਕੁੱਟ ਮਾਰ ਦੇਣਾ, ਮੇਰਾ 20,000 ਰੁਪਇਆ ਸੀ ਜੇਬ 'ਚ ਉਤਲੇ, ਅਤੇ ਇੱਕ ਮੋਬਾਈਲ ਸੀ ਉਹ ਇੱਥੇ ਡਿੱਗ ਪਿਆ। ਮੁੜ ਕੇ ਬਰਛੇ ਲੈ ਕੇ ਮੈਂ ਤਾਂ ਆਪਣਾ ਬਚਾਅ ਕੀਤਾ, ਰਾਹਗੀਰਾਂ ਨੇ ਮੈਨੂੰ ਛਡਾਇਆ, ਮੈਂ ਪਾਸੇ ਹੋ ਗਿਆ ਅਤੇ ਉਹ ਪੈਸੇ ਚੁੱਕ ਕੇ ਅਤੇ ਮੋਬਾਈਲ ਚੁੱਕ ਕੇ ਭੱਜ ਗਏ, ਕਹਿੰਦੇ ਤੁਹਾਨੂੰ ਮਾਰ ਦੇਣਾ, ਮੈਂ ਸਾਡੇ ਦੋਵਾਂ ਕੋਲ ਮੋਬਾਈਲ ਆ, ਨਹੀਂ ਤਾਂ ਪਾਸ ਦੂਜਾ ਰਿਵਾਲਵਰ ਆ, ਦੋਵਾਂ ਕੋਲ ਡੱਬ 'ਚ, ਕਹਿੰਦੇ ਮਾਰ ਦੇਣਾ ਤੁਹਾਨੂੰ। ਨਹੀਂ ਉਹ ਕਹਿੰਦੇ ਵੀ ਦੁਕਾਨਾਂ ਅਸੀਂ ਲੈ ਲਈਆਂ, ਕਈ ਕਹਿ ਲੈ ਲਈਆਂ, ਤੁਸੀਂ ਕਾਨੂੰਨੀ ਕਾਰਵਾਈ ਜੋ ਵੀ ਆ ਉਹ ਕਰੋ, ਅੱਗੋਂ ਕਹਿੰਦੇ ਵੀ ਨਹੀਂ ਸਾਨੂੰ ਕਾਨੂੰਨ ਨੂੰ ਅਸੀਂ ਮੰਨਦੇ ਕਿਸੇ ਨੂੰ ਕਾਨੂੰਨ ਨੂੰ। ਮੈਂ 12 ਸਾਲ ਤੋਂ ਇੱਥੇ ਦੁਕਾਨਾਂ ਕਰ ਰਿਹਾ, ਇੱਕ ਦੁਕਾਨ ਮੇਰੀ ਸ਼ਟਰਿੰਗ ਦੀ, ਇੱਕ ਵੈਲਡਿੰਗ ਦੀ ਆ, ਅਤੇ ਮੇਰਾ ਕਿਰਾਏਨਾਮਾ ਪਹਿਲਾਂ ਲੱਗਾ ਲਿਖਿਆ ਹੋਇਆ ਸਾਰਾ, ਮੈਂ ਕਿ ਜੋ ਹਿਸਾਬ ਕਿਤਾਬ ਹੈਗਾ ਵਾ ਗੌਰਮੈਂਟ ਮਨਜ਼ੂਰ ਸ਼ੁਦਾ ਵਾ ਸਭ ਕੁਝ, ਮੀਟਰ ਵੀ ਮੇਰੇ ਨਾਲ ਲੱਗਾ ਵਾ, ਹਾਊਸ ਟੈਕਸ ਵੀ ਮੈਂ ਤਾਰਦਾ ਪੈਸੇ ਵੀ ਮੈਂ ਮਾਲਕਾਂ ਦੇ ਖਾਤੇ 'ਚ ਲਾਉਂਦਾ ਹੁੰਦਾ ਸੀ, ਉਹਨਾਂ ਨਾਲ ਮੇਰਾ ਕੇਸ ਚੱਲਿਆ ਅਤੇ ਮੇਰੀ ਜਿਹੜੀ ਆ 2 ਵਾਰਾਂ ਮਤਲਬ ਕਿ ਜਿੱਤ ਹੋਈ ਆ, ਉਹ ਮੇਰੇ ਹੱਕ 'ਚ ਹੋਇਆ। ਜਿਹੜਾ ਮੇਰਾ ਗੁਆਂਢੀ ਆ ਨਾ, ਉਹਨੇ ਆ ਕੇ ਕੱਲ੍ਹ ਮੇਰੇ ਬੇਟੇ ਦੇ, ਮੈਂ ਕਿਤੇ ਗਿਆ ਸੀਗਾ ਬਾਹਰ ਚਿਤਾਲੇ ਆਪਣਾ ਕੰਮ ਕਰਕੇ ਗਿਆ ਸੀਗੇ, ਉਹ ਪੈਸੇ ਲੈਣੇ ਸੀਗੇ, ਅਤੇ ਇੱਥੇ ਗੁਰਦੀਪ ਸਿੰਘ ਥਾਣੇਦਾਰ ਆ, ਉਹ ਆਪਣੇ ਆਪ ਨੂੰ SSP ਦੱਸਦਾ ਵੀ ਮੈਂ SSP ਬਣ ਗਿਆ ਅਤੇ ਜੋ ਵੀ ਕਾਨੂੰਨ ਮੇਰਾ ਵਾ, ਜੱਜ ਮੈਂ ਵਾ, ਕਹਿੰਦਾ ਦੁਕਾਨਾਂ ਮੈਂ ਖਰੀਦ ਲਈਆਂ ਅਤੇ ਦੁਕਾਨਾਂ ਵਿਹੜੀਆਂ ਕਰ, ਇੱਕ ਇਹਦਾ ਮੁੰਡਾ ਵਾ ਬੱਬੂ ਮਾਸਟਰ ਅਤੇ ਇੱਕ ਆਪ ਆ ਗੁਰਦੀਪ ਸਿੰਘ ਥਾਣੇਦਾਰ, ਦੋਵੇਂ ਜਣੇ ਆਏ ਆ, ਮੇਰੇ ਮੁੰਡੇ ਦੇ ਗਲ ਪੈ ਗਏ ਆ ਬਰਸਾ ਲੈ ਕੇ, ਇਹਨੂੰ ਕੁੱਟਿਆ ਮਾਰਿਆ ਵਾ, ਅਤੇ ਇਹਦਾ ਮੋਬਾਈਲ ਡਿੱਗ ਪਿਆ, ਇੱਕ ਤਾਂ 1,20,000 ਰੁਪਇਆ ਜਿਹੜਾ ਡਿੱਗ ਪਿਆ, ਇਹ ਚੁੱਕ ਕੇ ਫਰਾਰ ਹੋ ਗਿਆ ਅਤੇ ਨਾਲ ਬਹੁਤ ਧਮਕੀਆਂ ਦਿੱਤੀਆਂ, ਇਹਨਾਂ ਕਹਿੰਦੇ ਵੀ ਸਾਡੇ ਕੋਲ ਪਿਸਤੌਲ ਆ ਦੋਵਾਂ ਕੋ ਪਿਓ ਪੁੱਤਾਂ ਕੋ, ਜੇ ਤੁਸੀਂ ਦੁਕਾਨਾਂ ਨਾ ਛੱਡੀਆਂ ਤਾਂ ਅਸੀਂ ਤੁਹਾਡੀਆਂ ਦੁਕਾਨਾਂ ਨੂੰ ਅੱਗ ਲਾ ਕੇ ਫੂਕ ਦੇਣਾ ਅਤੇ ਤੁਹਾਨੂੰ ਵੀ ਗੋਲੀ ਮਾਰ ਕੇ ਮਾਰ ਦੇਣਾ, ਅਤੇ ਹਾਂ ਅਸੀਂ ਇਨਸਾਫ ਮੰਗਦੇ ਹਾਂ। ਇਹਨਾਂ ਨੇ ਜਾਲੀ ਸੱਟਾ ਸੁੱਟਾ ਲਾ ਕੇ ਅਤੇ ਆਪ ਦਾਖਲ ਹੋ ਗਿਆ ਹਸਪਤਾਲ, ਪਤਾ ਨਹੀਂ ਕੀ ਕੀਤਾ ਕੀ ਨਹੀਂ ਨਾ ਕੀਤਾ, ਅਸੀਂ ਦਰਖਾਸਤ ਦੇ ਦਿੱਤੀ ਆ ਥਾਣੇ, ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਕੋਈ ਸਾਡੀ ਤੇ ਜਿਹੜੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ। ਇਸ ਸੰਬੰਧੀ ਦੂਜੇ ਨੇ ਆਪਣੀ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਤੇ ਉਲਟਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਸੇ ਨਾਲ ਕੋਈ ਕੁੱਟਮਾਰ ਨਹੀਂ ਕੀਤੀ, ਦੁਕਾਨਦਾਰ ਦੇ ਲੜਕੇ ਨੇ ਉਹਨਾਂ ਨਾਲ ਕੁੱਟਮਾਰ ਕੀਤੀ ਹੈ। ਸਰ, ਕੋਈ ਮਸਲਾ ਬਹੁਤਾ ਨਹੀਂ ਕਹਿ ਸਕਦੇ ਕਿਉਂਕਿ ਮੈਂ ਤਾਂ ਆਪਣੀ ਡਿਊਟੀ 'ਤੇ ਗਿਆ ਸੀ, ਮੈਂ ਜਦੋਂ ਡਿਊਟੀ ਤੋਂ ਆਇਆ ਘਰ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਬਾਬਾ ਜੀ ਰੌਲਾ ਪੈ ਰਿਹਾ ਸੀ, ਕਿਸ ਤਰ੍ਹਾਂ ਲੜ ਰਿਹਾ ਸੀ ਡੈਡੀ ਜੀ ਨਾਲ, ਸੰਨੀ ਪੁੱਤ ਸਤਨਾਮ ਸਿੰਘ, ਸਤਨਾਮ ਸਿੰਘ ਆਪ ਖੁਦ ਹੋਰ ਨਾਲ ਇੱਕ ਦੋ ਸੱਜਣ ਸੀ ਉਹਨਾਂ ਦੇ, ਅਤੇ ਉਹਨਾਂ ਨੇ ਕਾਫੀ ਇਹਨਾਂ ਦੇ ਸੱਟ ਮਤਲਬ ਰਾਡ ਮਾਰ ਕੇ ਬਾਂਹ ਤੋੜਤੀ, ਸੱਟ ਲਾਤੀ, ਹੋਰ ਵੀ ਸੱਟਾਂ ਸੁੱਟਾਂ ਲਾ ਦੀਆਂ, ਫਿਰ ਉਹ ਆਪ ਤਾਂ ਚਲ ਗਏ ਨੇ, ਫਿਰ ਤੁਰੰਤ ਹੀ ਮੈਂ ਡੈਡੀ ਜੀ ਨੂੰ ਲੈ ਕੇ ਆਪਣੇ ਪੁਲਿਸ ਨੂੰ ਸੂਚਿਤ ਕੀਤਾ, ਫਿਰ ਹੋਸਪਿਟਲ ਇਹਨਾਂ ਨੂੰ ਐਡਮਿਟ ਕਰਾਇਆ। ਕਿਸ ਕੋਲੋਂ ਝਗੜਾ ਹੈ, ਕੀ ਕਾਰਨ ਕੀ ਸੀ ਨਾਮੇ ਝਗੜੇ ਦਾ? ਝਗੜਾ ਤਾਂ ਜੀ ਉਹਨਾਂ ਕੋਲੋਂ ਦੁਕਾਨਾਂ ਜਿਹੜੀਆਂ ਕੁਝ ਕਬਜ਼ੇ 'ਚ ਨੇ, ਵੈਸੇ ਵੀ ਕੁਝ ਉਸ ਤਰ੍ਹਾਂ ਹੀ ਮਤਲਬ ਕਿ ਜਿਹੜਾ ਇਸ ਬਿਲਡਿੰਗ ਦਾ ਕੰਮ ਸਾਰਾ ਰਸਤੇ 'ਚ ਹੀ ਕਰਦੇ ਨੇ, ਅਤੇ ਉਹ ਕਿਤੇ ਇਹਨਾਂ ਨੇ ਕਹਿ ਦਿੱਤਾ ਵੀ ਤੁਸੀਂ ਆਪਣਾ ਕੰਮ ਅੰਦਰ ਕਰੋ ਜਾਂ ਕਿਸ ਤਰ੍ਹਾਂ, ਇਸ ਤਰ੍ਹਾਂ ਦੀ ਕੋਈ ਗੱਲ ਹੀ ਕੋਈ ਹੋਰ ਕੋਈ ਮਤਲਬ ਜਿਵੇਂ ਇਹ ਆਪਣੇ ਉੱਥੋਂ ਪਿੱਛੋਂ ਸਬਜ਼ੀ ਵਾਲੇ ਪਲਾਟ 'ਚੋਂ ਇੱਧਰ ਨੂੰ ਹੀ ਜਦੋਂ ਆਏ ਆ ਅਤੇ ਉਦੋਂ ਹੀ ਮਗਰੇ ਹੀ ਆ ਕੇ ਉਹਨਾਂ ਨੇ ਸੱਟਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮਤਲਬ ਇਹ ਜਿਹੜਾ ਗੁਰਦੀਪ ਸਿੰਘ ਨੇ ਦਿਖਾ ਦਿੱਤੀ ਆ, ਉਹਦੇ ਵਿੱਚ ਉਹਨੇ ਕਿਹਾ ਵਾ ਵੀ ਮੈਂ ਬਿਆਨਾ ਕਰਾਇਆ ਕੇਸ ਨੂੰ, ਅਤੇ ਉਹ ਚੀਜ਼ ਨੂੰ ਲੈ ਕੇ ਉਹ ਦੁਕਾਨ 'ਤੇ ਉਹ ਕਬਜ਼ਾ, ਕਹਿੰਦਾ ਵੀ ਮੈਂ ਤੈਨੂੰ ਕਬਜ਼ਾ ਨਹੀਂ ਕਰਨ ਦੇਣਾ, ਇਹ ਕਬਜ਼ਾ ਲੱਗ ਗਈ ਮੇਰੀਆਂ ਦੋ ਦੁਕਾਨਾਂ 'ਤੇ, ਕੀ ਇਹ ਵੀ ਮੈਂ ਹੀ ਰੱਖਣੀ, ਅਤੇ ਉਹਦੇ ਸੰਬੰਧ 'ਚ ਗੁਰਦੀਪ ਸਿੰਘ ਦੇ ਵੀ ਕੋਈ ਸੱਟ ਲੱਗੀ ਆ, ਜਿਹਦੇ ਸੰਬੰਧ 'ਚ ਹੌਲੀ ਉਹ ਐਡਮਿਟ ਆ ਸਿਵਲ ਹੋਸਪਿਟਲ, ਪਰ ਸਾਡੇ ਕੋਲ ਰਿਟਨ ਕੋਈ MLR ਨੇ ਮਸੂਲ ਨਹੀਂ ਹੋਈ, ਅਤੇ ਉਹਨਾਂ ਨੇ ਜਿਹੜੇ ਦੂਜੇ ਸੰਨੀ ਪਾਰਟੀ ਆ ਸਤਨਾਮ ਸਿੰਘ ਦਾ ਲੜਕਾ ਜਿਹੜਾ, ਉਹਨੇ ਵੀ ਇੱਕ ਲਿਖਤੀ ਕੰਪਲੇਂਟ ਕੀਤੀ ਆ। ਤਰਨ ਤਾਰਨ ਤੋਂ ਅਮਨਦੀਪ ਮਨਚੰਦਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।